ਅੱਛਾ ਅੱਛਾ ਪੰਡੇਰ ਸਾਹਿਬ ਆਏ ਨੇ, ਉਹ ਤਾਂ ਬਹੁਤ ਵੱਡੇ ਨੇਤਾ ਨੇ, ਆਲ ਇੰਡੀਆ ਨੇਤਾ ਨੇ। ਅਸੀਂ ਤਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਕਿ ਫਾਰਮਰਸ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਇਹ ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ, ਉਹ ਇੰਡਸਟਰੀ ਵਧਾਵੇ, ਕੋਆਪਰੇਟਿਵ ਵਧਾਵੇ। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਕਿਉਂਕਿ ਅੰਮ੍ਰਿਤਸਰ ਦੇਖੋ ਵੇਰਕਾ ਕੋਆਪਰੇਟਿਵ ਹੈਗੀ ਆ, ਇਸ ਤਰ੍ਹਾਂ ਦੀਆਂ ਕਈ ਹੋਰ ਕੋਆਪਰੇਟਿਵ ਬਣ ਸਕਦੀਆਂ, ਜਾਂ ਯੂਨੀਅਨ ਵਧਾਵੇ। ਸਾਡਾ ਓਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ। ਮੇਰੀ ਰਿਕੁਐਸਟ ਇਹ ਆ ਜਿਹੜੇ ਵੀ ਕਿਸਾਨ ਭਰਾ ਨੇ, ਕਦੀ ਵੀ ਵੈਲਕਮ ਨੇ, ਲੇਕਿਨ ਮੇਰੀ ਚੀਜ਼ ਜਿਹੜੀ ਆ, ਜਿਹੜੀ ਮੇਰੀ ਪ੍ਰਪੋਜ਼ਲ ਆ, ਉਹ ਉਹਨਾਂ ਤੱਕ ਪਹੁੰਚਣਾ ਚਾਹੀਦਾ। ਬਾਕੀ ਦੇਖੋ ਵਿਰੋਧ ਕਰਨਾ, ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀਆਂ, ਉਹ ਫਾਰਮਰਸ ਨੂੰ ਵੀ ਪਰੇਸ਼ਾਨ ਕਰਦੇ ਆ। ਆਪਣੀ ਲੀਡਰੀ ਚਮਕਾਉਣੀ ਆ ਜੀ ਆਇਆਂ ਨੂੰ, ਜਿੱਥੇ ਮਰਜ਼ੀ ਕਰਦੇ ਫਿਰੋ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਹਾਂ ਉਹ ਕਲੀਅਰ ਆ। ਦੂਸਰਾ ਇਹ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ, ਸਾਡੇ ਤਾਂ ਆਲਰੇਡੀ ਡਾਈਵਰਸੀਫਿਕੇਸ਼ਨ ਹੈਗੀ ਆ। ਸਾਡੇ ਇੱਥੇ ਸਬਜ਼ੀਆਂ, ਫਲ, ਫਰੂਟ ਗਰੋ ਕਰਦੇ ਹਾਂ, ਅਤੇ ਤਿੰਨ ਦਿਨ ਪਹਿਲਾਂ ਲੁੱਲੂ ਗਰੁੱਪ, ਜਿਹੜਾ ਸਭ ਤੋਂ ਵੱਡਾ UAE ਦਾ ਗਰੁੱਪ ਹੈ, ਜਿਹੜਾ ਪਹਿਲਾਂ ਗੱਲ ਕਰਦੇ ਸੀ, ਉਹ ਇੰਪਲੀਮੈਂਟੇਸ਼ਨ 'ਚ ਵੀ ਆਉਣਾ ਸ਼ੁਰੂ ਹੋ ਗਿਆ। ਅਗਰ ਉਹ ਇੱਥੇ ਆ ਕੇ ਸਾਡੇ ਫਾਰਮਰਸ ਦੇ ਪ੍ਰੋਡਕਟਸ ਖਰੀਦਦੇ ਨੇ ਤਾਂ ਉਹਦਾ ਕਿੰਨੂ ਘਾਟ ਹੈ, ਉਹਦੀ ਤਾਂ ਕਦੀ ਗੱਲ ਨਹੀਂ ਸੁਣੀ। ਬਾਕੀ ਮੈਂ ਗਾਂ ਤੀਜੀ ਗੱਲ ਵੀ ਕੀਤੀ ਸੀ ਵੇਸਟ ਪ੍ਰੋਡਕਟ ਦੀ, ਇਹਨਾਂ ਨੇ ਕਿੰਨਿਆਂ ਨੂੰ ਜਾ ਕੇ ਦੱਸਿਆ, ਉਹ ਤਾਂ ਡਿਮਾਂਡ ਨਹੀਂ ਮੈਂ ਦੇਖੀ ਕਿ ਪਰਾਲੀ ਦਾ ਆਹ ਸਮਾਧਾਨ ਹੈ, ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਦੇਖੋ ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ ਅਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਬਾਕੀ ਦੇਖੋ ਮੈਂ ਹੱਥ ਜੋੜ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਵੀ ਕਿਸਾਨ ਪਰਿਵਾਰ 'ਚੋਂ ਆਉਂਦਾ ਹਾਂ, ਮੇਰੀਆਂ ਪ੍ਰਪੋਜ਼ਲ ਬੜੀਆਂ ਸੀਰੀਅਸ ਨੇ। ਦੂਜੀ ਗੱਲ, ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ, ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ, ਜੋ ਲੋਕਾਂ ਨੂੰ ਤੰਗ ਕਰਨਾ, ਆਪਣੀ ਲੀਡਰੀ ਚਮਕਾਉਣੀ ਚਮਕਾ ਲਓ। ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ, ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਇਹ ਪੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਪੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਕਿਉਂਕਿ ਉਹ ਅੰਮ੍ਰਿਤਸਰ ਤੋਂ ਆਉਂਦੇ ਨੇ। ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਹਰ ਚਮਕਾਉਣ, ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ
ਫਾਰਮਰ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾ, ਉਹਦੇ 'ਚ ਕੋਈ ਕੰਸਟਰਕਟਿਵਲੀ ਐਡ ਕਰ ਲਓ। ਸੰਧੂ ਸਾਹਿਬ, ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ? ਤੁਹਾਡੇ ਘਰ ਦੇ ਬਾਹਰ ਆਏ ਨੇ, ਉਹਨਾਂ ਦੀਆਂ ਮੰਗਾਂ ਸੁਣੋਗੇ ਤੁਸੀਂ ਕਿਸਾਨਾਂ ਦੀਆਂ? ਕਹਿੰਦੇ ਸਰ ਦਿੱਲੀ ਨਹੀਂ ਜਾਣਾ। ਨਹੀਂ, ਮੈਂ ਇੱਕ ਮਿੰਟ ਗੱਲ ਸੁਣੋ ਭਾਈ ਸਾਹਿਬ, ਮੈਂ ਤਾਂ ਕਿਸਾਨਾਂ ਨੂੰ ਮਿਲਦਾ ਹਾਂ, ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਪਣੀ ਲੀਡਰਸ਼ਿਪ ਚਮਕਾਉਣ ਆਏ ਨੇ, ਮੇਰੇ ਘਰ ਦੇ ਬਾਹਰ ਆਏ ਨੇ, ਨਾਰੇ ਲਾਉਣ, ਲੋਕਾਂ ਨੂੰ ਤੰਗ ਕਰਨ ਆਏ ਆ। ਮੇਰੇ ਨਾਲ ਗੱਲ ਕਰਨੀ ਹੋਵੇ ਤਾਂ ਮੈਂ ਤਾਂ ਕਿਸੇ ਵੀ ਕਿਸਾਨ ਭਰਾ ਨੂੰ ਮੈਂ ਜਾਂਦਾ ਹਾਂ, ਪਿੰਡਾਂ 'ਚ ਵੀ ਗੱਲ ਕਰਦਾ ਹਾਂ। ਮੈਂ ਤਾਂ ਆਪਣੀ ਓਪਨ, ਮੇਰਾ ਤੁਸੀਂ ਵਿਜ਼ਨ ਡਾਕੂਮੈਂਟ ਦੇਖੋ, ਉਹਦੇ 'ਚ ਐਗਰੀਕਲਚਰ ਦੀ ਗੱਲ ਹੈ। ਅਰੇ ਗੱਲ ਸੀਰੀਅਸਲੀ ਕਰਨੀ ਆ ਅਤੇ ਆ ਟੀ ਵੀ ਕੈਮਰਿਆਂ ਨਾਲ ਇਹ ਲੀਡਰਸ਼ਿਪ ਚਮਕਾਉਣ ਨਾਲ, ਪੋਲੀਟਿਕਸ ਖੇਡਣ ਨਾਲ ਤਾਂ ਥੋੜ੍ਹਾ ਹੁੰਦੀ ਹੈ। ਮੈਨੂੰ ਇੱਕ ਗੱਲ ਦੱਸੋ, ਮੇਰੇ ਅਗੇਂਸਟ ਜੀ ਜਿਹੜਾ ਗੱਲ ਕਰ ਰਿਹਾ, ਜਿਹੜਾ ਕਿਸਾਨਾਂ ਦੀ ਇਨਕਮਾਂ ਇਨਕਰੀਜ਼ ਕਰਨ ਦੀ ਕੰਕਰੀਟ ਪ੍ਰਪੋਜ਼ਲ ਦੇ ਰਿਹਾ, ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਸਟ੍ਰੇਸ਼ਨ ਕਰਨੀ ਆ। ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ, ਇਹਨਾਂ ਦੇ ਸਾਹਮਣੇ ਨਹੀਂ ਜਾ ਕੇ ਡੈਮੋਸਟ੍ਰੇਸ਼ਨ ਕਰਦੇ, ਇਹਨਾਂ ਨੂੰ ਨਹੀਂ ਪੁੱਛਦੇ ਇਹ ਕੀ ਕੁਛ ਕੰਮ ਆਊ ਹੈ ਇਹਨਾਂ ਦਾ। ਬਈ ਕਮੇਟੀ ਦੇ ਮੈਂਬਰ ਨੇ ਕੀ ਬੋਲਿਆ, ਕਮੇਟੀ 'ਚ ਕੀ ਬੋਲਿਆ, ਕੀ ਪ੍ਰਪੋਜ਼ਲ ਰੱਖੀ, ਅਤੇ ਵੱਡੀਆਂ ਵੱਡੀਆਂ ਗੱਲਾਂ, ਧਰਨੇ ਧਰਨਿਆਂ ਜਾ ਕੇ ਬਹਿ ਜਾਣਗੇ, ਲੇਕਿਨ ਕਮੇਟੀ 'ਚ ਤਾਂ ਕੁਛ ਨਹੀਂ ਲਿਖ ਕੇ ਦਿੱਤਾ। ਦੂਸਰਾ, ਇਹ ਜਦੋਂ ਮੈਂ ਜਾਂਦਾ ਹਾਂ ਮਜੀਠੇ, ਬਿਕਰਮ ਮਜੀਠੀਏ ਨੂੰ ਪਤਾ ਹੁੰਦਾ ਕਿ ਡੈਮੋਸਟ੍ਰੇਸ਼ਨ ਹੋ ਰਹੀ ਆ, ਹੈ ਮਜੀਠੇ ਜਾ ਕੇ ਆਪਣੇ ਹਲਕੇ 'ਚ ਨਸ਼ੇ 'ਚ ਬੱਚੇ ਮਰ ਰਹੇ ਨੇ, ਕਿੰਨੀ ਬੁਰੀ ਹਾਲਤ ਹੈ ਉਹ ਪਿੰਡਾਂ ਦੀ। ਉਹ ਤੋਂ ਪਹਿਲਾਂ ਮੇਰੇ ਨਾਲ ਮੀਡੀਆ ਵੀ ਗਿਆ ਸੀ, ਉਹਨਾਂ ਨੇ ਦੇਖਿਆ। ਇਹ ਨਹੀਂ ਕਿ ਅਸੀਂ ਪਲਾਨ ਕਰਕੇ, ਅਸੀਂ ਤਾਂ ਜਾਂਦਿਆਂ ਦੇਖਿਆ ਰਾਹ 'ਚ ਜੋ ਸਾਡੇ ਭਾਈਚਾਰੇ ਨੂੰ ਚੱਲਣ ਲਈ ਸੜਕ ਦੇ ਉੱਤੇ ਸੀਵਰੇਜ ਦਾ ਪਾਣੀ ਚੱਲ ਰਿਹਾ ਸੀ। ਅਤੇ ਆਹ ਮੁਸ਼ਕਲਾਂ ਨਹੀਂ ਨੇ, ਇਹਦੇ ਲਈ ਵੀ ਟਾਈਮ ਕੱਢਣਾ ਚਾਹੀਦਾ। ਉਤਰਾ ਸ਼ੇਰ ਬੱਬਰ ਸ਼ੇਰ ਬਣੇ ਫਿਰਦੇ ਹੋ, ਇਹੋ ਜਿਹੇ ਕੰਮਾਂ ਲਈ ਵੀ ਤਾਂ ਰੱਖਣਾ ਚਾਹੀਦਾ। ਤਾਂ ਮੈਂ ਕਹਿੰਦਾ ਪੋਲੀਟਿਕਸ ਹੈਗੀ ਆ। ਦੇਖੋ, ਮੈਂ ਆਪਣੇ ਕਿਸਾਨਾਂ ਭਰਾਵਾਂ ਨਾਲ, ਮੇਰੇ ਭਰਾ ਨੇ, ਅਸੀਂ ਇੱਥੇ ਪਾਣੀ, ਚਾਹ, ਜੋ ਵੀ, ਦੇਖੋ ਆਏ ਤਾਂ ਭਰਾ ਹੀ ਨੇ ਨਾ, ਹੈ ਲੀਡਰ ਤਾਂ ਆਪਣੀ ਲੀਡਰੀ ਚਮਕਾਉਂਦੇ ਨੇ, ਮੈਨੂੰ ਕੋਈ ਉਹਦੇ 'ਚ ਹਿਚਕ ਨਹੀਂ ਹੈਗੀ, ਲੇਕਿਨ ਤਮਾਸ਼ਾ ਨਹੀਂ ਮੈਂ ਕਰਨਾ। ਠੀਕ ਹੈ ਜੀ। ਪੰਜਾਬ ਸਰਕਾਰ ਦੇ ਇੱਕ ਮੰਤਰੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਤੋਂ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ, ਵੀਡੀਓ ਇਸ ਤਰੀਕੇ ਦੀਆਂ ਦੇਖੋ ਭਾਜੀ, ਕਰਨ ਵਾਲਾ ਬੰਦਾ। ਹਾਂ, ਮੈਂ ਇੱਕ ਟਿਪੀਕਲ ਪੋਲੀਟੀਸ਼ੀਅਨ ਨਹੀਂ, ਤੁਸੀਂ ਇਹ ਸਮਝ ਲਓ ਕਿ ਬਹੁਤ ਵੱਡਾ ਡਿਸਐਡਵਾਂਟੇਜ ਆ, ਸਾਰੇ ਕਹਿੰਦੇ ਨੇ, ਪਰ ਜੋ ਹੈਗਾ ਹੈਗਾ। ਆਪਾਂ ਪ੍ਰਾਈਵੇਟ ਜਦੋਂ ਗੱਲ ਕਰਦੇ ਹਾਂ, ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਯਾਰ ਪੜ੍ਹੇ ਲਿਖੇ ਸੂਝਵਾਨ ਬੰਦਿਆਂ ਨੂੰ ਪੋਲੀਟਿਕਸ 'ਚ ਆਉਣਾ ਚਾਹੀਦਾ, ਅਤੇ ਜਦੋਂ ਆਉਂਦੇ ਆ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ, ਲੈ ਯਾਰ ਇਹ ਕੀ ਕਰਦਾ ਫਿਰਦਾ ਪੋਲੀਟਿਕਸ, ਇਹ ਤਾਂ ਬਹੁਤ ਸ਼ਰੀਫ ਹੈ, ਇਹ ਤਾਂ ਗੱਲ ਨਹੀਂ ਨਾ ਬਣੀ। ਦੇਖੋ, ਆਪ ਪਾਰਟੀ ਕਿੰਨਾ ਆਪਣੀ ਐਥਿਕਸ ਦੀ, ਆਪਣੀ ਅਪਰੋਚ ਦੀ ਗੱਲ ਕਰਦੀ ਹੈ। ਅਸੀਂ ਬਹੁਤ ਸਾਫ਼ ਸੁਥਰੇ, ਅਸੀਂ ਬੜੇ ਸਿੰਪਲ ਆ, ਇਹੋ ਜਿਹੇ ਵੀਡੀਓ ਦਿਖਾ ਦਿੰਦੇ ਉਹਨਾਂ ਦੇ ਕੀ ਕਰੈਕਟਰ ਨੇ, ਇਹ ਤੋਂ ਜ਼ਿਆਦਾ ਦੱਸੋ ਹੋਰ ਕੀ।